ब्रैम्पटन ਵਿੱਚ ਘਰੇਲੂ ਝਗੜਿਆਂ ਦੀ ਬਦਸੂਰਤ ਤਸਵੀਰ ਹੈ ਲਖਵੀਰ ਕੌਰ ਦਾ ਕਤਲ ਜਿਸ ਦੀ ਪੁਲਿਸ ਕੋਲ ਇਤਲਾਹ ਵੀ ਉਸ ਦੇ ਲੜਕੇ ਨੇ ਦਿੱਤੀ ਸੀ ਬੀਤੇ ਦਿਨੀ ਲਖਵੀਰ ਕੌਰ ਦੀ ਯਾਦ ਵਿੱਚ ਕੈਂਡਲਾਈਟ ਵਿਜਿਲ ਦਾ ਆਯੋਜਨ ਕਰਕੇ ਮ੍ਰਿਤਕ ਨੂੰ ਸ਼ਰਦਾਨਝਲੀਆਂ ਦਿੱਤੀਆਂ ਗਈਆਂ ਐਸਮੋਕੀ ਸੈਂਕੜੇ ਲੋਕਾਂ ਨੇ ਕੈਂਡਲਾਈਟ ਵਿਜਿਲ ਵਰਚਮੂਲੀਅਤ ਕੀਤੀ ਤੇ ਪੀਜੀਆਂ ਅੱਖਾਂ ਨਾਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਦੀ it's important for us to tell that story it's important for us to talk about this issue it's important for us to honor her, her name candlelight vigil which her community they look somni ਸਾਰੀ ਕਮਿਊਨਿਟੀ ਨੂੰ ਔਰ ਬੱਚਿਆਂ ਨੂੰ ਸਭ ਤੋਂ ਪਹਿਲਾਂ ਦੱਸਿਆ ਗਿਆ ਕਿ ਉਹਨਾਂ ਦੀ ਮਾਦਰ ਨੂੰ ਭੁੱਲਿਆ ਨਹੀਂ ਗਿਆ ਅੱਜ ਇੱਕ ਮਹੀਨਾ ਹੋ ਗਿਆ ਅਸੀਂ ਆਉਣ ਵਾਲੇ ਜਨਮ ਵਿੱਚ ਵੀ ਯਾਦ ਕਰਦੇ ਰਹਿਾਂਗੇ ਔਰ ਅੱਜ ਕੈਂਡਲ ਲਾਈਟ ਕਰਕੇ ਯਾਦ ਕੀਤਾ ਔਰ ਅਰਦਾਸ ਬੇਨਤੀ ਵੀ ਕੀਤੀ ਆ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਹਮੇਸ਼ਾ ਸ਼ਾਂਤੀ ਰੱਖੇ ਪਲੱਸ ਇਹਦੇ ਨਾਲ ਕਮਿਊਨਿਟੀ ਦਾ ਗੈਦਰ ਹੋਣਾ ਇਹਦੇ ਨਾਲ ਨਾਲ ਕਮਿਊਨਿਟੀ ਨੂੰ ਇੱਕ ਮੈਸੇਜ ਵੀ ਦਿੱਤਾ ਗਿਆ ਔਰ ਉਹ ਜ਼ਰੂਰ ਸੋਚਣ ਕੋਈ ਹੱਲ ਲੱਭਣ ਤਾਂ ਕਿ ਕੋਈ ਹੋਰ ਔਰਤ ਇਸ ਘਟਨਾ ਇਸ ਜੀ ਘਟਨਾ ਦਾ ਵਿਕਟਮ ਨਾ ਬਣ ਸਕੇ ਐਸ ਮੌਕੇ ਲਖਵੀਰ ਕਾਰਲੇ ਲੋਕਾਂ ਨੇ ਮੈਸੇਜਸ ਵੀ ਲਿਖੇ ਤੇ ਹੱਥਾਂ ਵਿੱਚ ਕੈਂਡਲ ਬਾਲ ਕੇ ਉਹਨਾਂ ਨੂੰ ਯਾਦ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੀ ਬੱਚਿਆਂ ਦੀ ਪ੍ਰੋਟੈਕਸ਼ਨ ਸਾਡਾ ਸਾਰਾ ਕਮਿਊਨਿਟੀ ਦਾ ਫਰਜ਼ ਬਣਦਾ ਕਿ ਅਸੀਂ ਉਹਨੂੰ ਡੋਨੇਟ ਕਰੀਏ ਉਹਨੂੰ ਸਪੋਰਟ ਕਰੀਏ ਜਿਹੜੇ ਬੱਚੇ ਨੂੰ ਉਹਦੇ ਆਉਣ ਵਾਲੇ ਭਵਿੱਖ ਵਾਸਤੇ ਅਸੀਂ ਉਹਦੇ ਵਾਸਤੇ ਕੁਝ ਸੋਚੀਏ ਤੇ ਕੁਝ ਕਰੀਏ ਬੱਚਿਆਂ ਨੂੰ ਬੇਸ਼ੱਕ ਉਹਨਾਂ ਦੀ ਮਾਤਾ ਵਾਪਸ ਨਹੀਂ ਮੋੜ ਸਕਦੀ ਪਰ ਉਹਨਾਂ ਦੀ ਚੰਗੀ ਦੇਖਭਾਲ ਲਈ ਇੱਕ ਟਰਸਟ ਅਕਾਊਂਟ ਸਥਾਪਿਤ ਕੀਤਾ ਗਿਆ ਹੈ ਤੇ ਸਾਰਿਆਂ ਨੂੰ ਵੱਧ ਚੜ ਕੇ ਇਸ ਵਿੱਚ ਸਹਿਯੋਗ ਪਾਉਣ ਦੀ ਅਪੀਲ ਕੀਤੀ ਗਈ ਹੈ ਬੱਚਿਆਂ ਦੀ ਮਦਦ ਲਈ ਬੈਂਕ ਆਫ ਕੈਨੇਡਾ ਟਰਾਂਜ਼ਿਟ ਨੰਬਰ 03221 ਇੰਸਟੀਟਿਊਸ਼ਨ ਨੰਬਰ 006 ਅਕਾਊਂਟ ਨੰਬਰ 0067905 ਵਿੱਚ ਰਾਸ਼ੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਮਰਹੂਮ ਲਖਵੀਰ ਕੌਰ ਦੀ ਯਾਦ ਵਿੱਚ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ ਗਿਆ ਜਿਸ ਦਾ ਮਕਸਦ ਸੀ ਇਹ ਸੁਨੇਹਾ ਦੇਣਾ ਕਿ ਡੋਮੈਸਟਿਕ ਵਾਇਲੈਂਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅੱਜ ਤੋਂ ਛੋਟੇ ਬੱਚਿਆਂ ਨੂੰ ਉਹਨਾਂ ਦੀ ਮਾਂ ਤੋਂ ਦੂਰ ਕਰ ਦਿੱਤਾ ਗਿਆ ਟੁਗੇਦਰ ਲੇਟ ਅਸ ਟੇਕ ਅ ਸਟੈਂਡ ਟੂ ਫਾਈਟ ਅਗੇਨਸਟ क्रੁਐਲਟੀ ਐਂਡ lets no one suffer again ਕੈਮਰਾਮੈਨ ਪ੍ਰਿੰਦਰ ਕੁਮਾਰ ਦੇ ਨਾਲ ਰੁਪਿੰਦਰ ਕੌਰ ਪੀਡੀਸੀ ਨਿਊਜ਼ ਬ੍ਰੈਂਟਨ ਕੈਨੇਡਾ